ਤੇ ਜੇ ਹਰਭਜਨ ਮਾਨ ਜੀਆਂ ਨੂੰ ਫਿਲਮ ਬਣਾਉਂਦਾ ਨਾ, ਬੱਬੂ ਨੂੰ ਖੰਟ ਵਾਲਾ ਮਾਨ ਕੌਣ ਕਹਿੰਦਾ? ਜੇ ਡਾਲੇ ਤੇ ਗੁੱਤ ਲਿਖਾਉਂਦਾ ਨਾ, ਯਮਲੇ ਦੀ ਤੂੰਬੀ ਗੁਰਦੁਆਰਿਆਂ 'ਚ ਨਾ ਵੱਜਦੀ, ਜੇ ਵਿਸਾਖੀ ਵਾਲਾ ਗੀਤ ਗਾਉਂਦਾ ਨਾ। ਵਿਸਾਖੀ ਵਾਲਾ ਗੀਤ ਤਾਂ ਹੀ ਗਾਇਆ ਜਾਣਾ ਜੇ ਆਪਾਂ ਸਮੇਂ ਦੀ ਕਦਰ ਕਰਾਂਗੇ, ਕਿਉਂਕਿ ਖਿਡਾਰੀ ਵੀਰੋ ਗਰਮੀ ਵੀ ਤੁਸੀਂ ਵੀ ਦੇਖ ਲਓ ਵੀ ਕਿੰਨੀ ਜ਼ਿਆਦਾ। ਟਾਈਮ ਨਾ ਮੇਰੇ ਵੀਰੋ ਜਦੋਂ ਅਸੀਂ ਅਨਾਊਂਸਮੈਂਟ ਕਰਦੇ ਹਾਂ, ਪਹੁੰਚਿਆ ਕਰੋ ਮੇਰੇ ਵੀਰ, ਸਮੇਂ ਦੀ ਕਦਰ ਕਰਿਆ ਕਰੋ। ਆਓ ਜੀ ਜਲਦੀ। ਨਾਲ ਹੀ 24 ਤਰੀਕ ਨੂੰ ਮੋਹ ਵਾਲੇ ਕਬੱਡੀ ਕੱਪ ਦੀਆਂ ਗੱਲਾਂ ਹੋਣਗੀਆਂ। ਕਬੱਡੀ ਓਪਨ ਦੇ ਵਿੱਚ 3 ਪਲੇਅਰ ਜਿਹੜੇ ਬਾਹਰ ਦੇ ਖੇਡ ਸਕਦੇ ਆ। ਗੀਤਾ ਵੀਰ ਸਾਡਾ ਦੱਸਦਾ ਹੈ ਅੰਤਰਰਾਸ਼ਟਰੀ ਪਲੇਅਰ। ਕਰੋ ਜੀ ਟਾਸ, ਰੈਫਰੀ ਸਾਹਿਬ ਜੀ ਮਾਰੋ ਜੀ ਸੁਰਤਾਲ ਦੇ ਵਿੱਚ ਵਿਸਲਾ ਹੈ। ਲਓ ਜੀ ਸਾਡਾ ਖਿਡਾਰੀ ਵੀਰੋ ਜਲਦੀ ਦੇ ਨਾਲ। ਸਾਈਡਾਂ ਲਓ ਖਿਡਾਰੀ ਵੀਰੋ। ਲਓ ਜੀ ਦਰਸ਼ਕ ਵੀਰੋ ਸਾਈਡਾਂ ਕਰੀਏ ਨੋਟ। ਧੂੜਕੋਟ ਦੀ ਟੀਮ ਜਿਹੜੀ ਹੈ ਉਹ ਟੀਮ ਚਲੀ ਗਈ ਹੈ ਬਾਬਾ ਜੀ ਦੀ ਜਗ੍ਹਾ ਵਾਲੀ ਸਾਈਡ। ਧੂੜਕੋਟ ਦੀ ਟੀਮ ਚਲੀ ਗਈ ਹੈ ਔਰ ਇੱਧਰ ਖੇਤਾਂ ਵਾਲੀ ਸਾਈਡ ਟੀਮ ਜਿਹੜੀ ਹੈ ਮੰਡ ਵਾਲੇ ਦੀ ਹੈ। ਲਓ ਪਹਿਲੀ ਕਬੱਡੀ ਧੂੜਕੋਟ ਮੇਰੇ ਵੀਰਿਓ, ਰਾਮ ਧੂੜਕੋਟੀਆ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਧੂੜਕੋਟੀਆ ਰਾਮ ਅੰਕ ਲੈ ਕੇ ਵਾਪਸੀ ਆਉਂਦਾ ਹੋਇਆ ਆਪਣੀ ਟੀਮ ਦੇ ਲਈ। ਧੂੜਕੋਟੀਆ ਰਾਮ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਕਰਦਾ ਹੋਇਆ। ਲਓ ਅਗਲੀ ਕਬੱਡੀ ਕਿ ਲਾਈ ਸਾਨੂੰ ਕਲੀ ਕਿ ਕਰੇ ਮੌਲਾ ਪਲੀ ਜਵਾਨੀ ਰੇੜ ਤੇ ਚਲੀ, ਜਵਾਨੀ ਰੇੜ ਤੇ ਚਲੀ। ਲਓ ਇਸ ਸਮੇਂ ਮੇਰੇ ਵੀਰੋ ਮੰਡ ਵਾਲਾ ਪਿੰਡ ਆ ਆ ਖਿਡਾਰੀ ਦਾ ਉੱਗੇ ਖੇਡ ਪ੍ਰਮੋਟਰ ਦਾ ਪਿੰਡ, ਕਹਿੰਦੇ ਨੇ ਵੀ ਗੁਰਮੀਤ ਗਿੱਲ ਦਾ ਪਿੰਡ ਆ ਮੇਰੇ ਵੀਰੋ, ਪ੍ਰਮੋਟਰਾਂ ਦੀ ਧਰਤੀ ਹੈ। ਲਓ ਧੂੜਕੋਟੀਆ ਕਹਿੰਦੇ ਨੇ ਵੀ ਦਾਰੇ ਦਾ ਪੇਂਡੂ ਖਿਡਾਰੀ ਮੇਰੇ ਵੀਰੋ, ਸੁਖਦੇਵ ਵਰਗਿਆਂ ਦਾ ਸੁਖਜੀਤ ਵਰਗਿਆਂ ਦਾ ਪੇਂਡੂ ਖਿਡਾਰੀ। ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਅੰਕ ਜਿਹੜਾ ਰੇਡਰ ਦਾ ਅੰਕ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਵੜਦਾ ਹੋਇਆ। ਲਓ ਅਗਲੀ ਕਬੱਡੀ ਰਾਮ ਧੂੜਕੋਟੀਆ ਮੈਦਾਨ ਵਿੱਚ ਪਾਉਂਦਾ ਹੋਇਆ। ਉਧਰ ਸਾਡਾ ਯਾਰਾਂ ਦਾ ਯਾਰ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬੈਠਾ ਰਮਣਾ USA ਸੋਨੀ ਸਵੀਡਨ ਸਾਡਾ ਯਾਰ ਹੈਪੀ USA ਵਿੱਚ ਬੈਠਾ ਮੇਰੇ ਵੀਰੋ। ਕਬੱਡੀ 365 ਮੈਚਾਂ ਤੇ ਇਹਨਾਂ ਦਾ ਨਜ਼ਾਰਾ ਤੱਕ ਰਿਹਾ। ਅੱਜ ਆਪਣੇ ਮੇਰੇ ਵੀਰੋ ਨਗਰ ਦਾ ਕਬੱਡੀ ਕੱਪ ਦਾ ਨਜ਼ਾਰਾ ਤੱਕ ਰਹੇ ਸਾਡੇ ਯਾਰ NRI ਭਰਾ ਜਿਨ੍ਹਾਂ ਦਾ ਮੇਰੇ ਵੀਰੋ ਵੱਡਾ ਸਹਿਯੋਗ ਹੈ ਸਮੂਹ ਨਗਰ ਦਾ ਔਰ ਕਹਿ ਸਕਦੇ ਗ੍ਰਾਮ ਪੰਚਾਇਤ ਦਾ, ਸਮੁੱਚੀ ਗ੍ਰਾਮ ਪੰਚਾਇਤ ਦਾ, ਜਿਨ੍ਹਾਂ ਦਾ ਵੱਡਾ ਉਦਮ ਅੱਜ ਇਸ ਕਬੱਡੀ ਕੱਪ ਤੇ ਜਿਹੜੀਆਂ ਰੌਣਕਾਂ ਲੱਗੀਆਂ। ਲਓ ਮੈਦਾਨ ਦੇ ਵਿੱਚ ਕਬੱਡੀ ਪੈਂਦੀ ਹੋਈ, ਉੜਦੀ ਹੋਈ ਮਾਂ ਮਿੱਟੀ ਦੀ ਧੂੜ ਲੈਂਦੇ ਨੇ ਜੂੜ ਹਲਕਾ ਲਾ ਟੱਚ। ਉਧਰ ਖਾਲਸਾ ਜੀ ਸਰਦਾਰ ਗੁਰਜੀਤ ਸਿੰਘ ਜੀ ਲੰਘੇਣੇ ਵਾਲੇ ਮੇਰੇ ਵੀਰਿਓ ਸੁਰਤਾਲ ਦੇ ਵਿੱਚ ਵਿਸਲ ਮਾਰੀ ਹੈ ਵੀ ਅੰਕ ਰੇਡਰ ਦਾ ਅੰਕ ਧਾਵੀ ਦਾ। ਲਓ ਸਾਹਮਣੇ ਰਾਮ ਰਾਮ ਧੂੜਕੋਟੀਆ ਕੇ ਮਾਰੀ ਇਹਦੋ ਛਾਲ ਲਾ ਕੇ ਜ਼ੋਰ ਪੱਟਾ ਨਾਲ ਕੇ ਅੱਖ ਦੇ ਝਮੱਕੇ ਨਾ ਕਮਾਲ ਜਿਹਾ ਹੋ ਗਿਆ ਕਿ ਖਹਿਰਿਆਂ ਦਾ ਜਿੰਦੂ ਆਖੇ ਪਲਾਂ ਵਿੱਚ ਹੱਥ ਲਾ ਕੇ ਧਾਵੀ ਆ ਗਿਆ ਤੇ ਆ ਗਿਆ। ਲਓ ਸਾਹਮਣੇ ਅਗਲੀ ਕਬੱਡੀ ਦੀ ਗੱਲ ਮੈਦਾਨ ਦੇ ਵਿੱਚ ਮੇਰੇ ਵੀਰੇ। ਲਓ ਪੈਂਦੀ ਹੋਈ ਕਬੱਡੀ, ਪੈਂਦੀ ਹੋਈ ਕਬੱਡੀ ਮੇਰੇ ਵੀਰੋ ਮੰਡ ਵਾਲੇ ਦੀ ਧਾਵੀ ਦੀ ਹੈ। ਉਧਰ ਦੇਖਾਂਗੇ ਵੀ 3 ਜਾਫੀ ਹੈ ਧੂੜਕੋਟ ਦੀ ਟੀਮ ਦੇ। ਦੀਪਾ ਨੰਬਰਦਾਰ ਕਹਿੰਦੇ ਨੇ ਵੀ ਪੁਆਇੰਟਾਂ ਦੀਆਂ ਸੇਵਾ ਨਿਭਾਉਂਦਾ ਹੈ। ਲਓ ਸਾਹਮਣੇ ਪਈ ਹੋਈ ਕਬੱਡੀ ਮੇਰੇ ਵੀਰੋ ਲਾ ਹਲਕਾ ਟੱਚ ਅੰਕ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਸੁਰਤਾਲ ਦੇ ਵਿੱਚ ਵਿਸਲਾਂ ਵੱਜਦੀਆਂ, ਸਮਾਂ ਸਮਾਂ ਬੀਤ ਜਾਂਦਾ, ਸਮਾਂ ਬਲਵਾਨ ਮੰਨਿਆ ਜਾਂਦਾ। ਲੱਖੇ ਵਰਗੇ ਰਾਂਝੇ ਵਰਗੇ ਮੇਰੇ ਵੀਰੋ ਖੁਸ਼ੀ ਹੈ, ਬਿੱਟੂ ਵਰਗੇ ਨਿੰਮੇ ਵਰਗੇ ਗੁਰਪਿੰਦਰ ਵਰਗੇ ਪੁਸ਼ਪਿੰਦਰ ਵਰਗੇ ਸਾਡੇ ਯਾਰ। ਲਓ ਸਾਹਮਣੇ ਰਾਮ ਦੀ ਪਈ ਹੋਈ ਕਬੱਡੀ। ਲਓ ਸਾਹਮਣੇ ਅਗਲੀ ਕਬੱਡੀ ਦੀ ਗੱਲ ਮੇਰੇ ਵੀਰਿਓ, ਪਈ ਹੋਈ ਕਬੱਡੀ ਮੈਦਾਨ ਦੇ ਵਿੱਚ ਮੇਰੇ ਵੀਰਿਓ। ਹਲਕੇ ਹਲਕੇ ਕਦਮਾਂ ਦੇ ਨਾਲ ਧਾਵੀ ਨੇ ਮੇਰੇ ਵੀਰੋ ਕਬੱਡੀ ਪਾਈ ਹੈ, 3 ਜਾਫੀ ਹੈ। ਉਧਰ ਅਵਤਾਰ ਸਿੰਘ ਜੀ ਹਾਕ ਅੰਗ ਵਾਲੇ
मेरे भीर स्पॉन्सर करते हैं इस खेड मेले के बहुत वड्डा सहयोग भेजे है जिन्हों का बहुत वड्डा सहयोग है अपने कप के हाँ कंग बैठे मैचों का नजारा कबड्डी 365 उपर तक रहे हैं साढ़े यार मेरे भीर प्रदीप वर्गे हैप्पी वर्गे लखे हुनी मेरे भीर 365 उपर अपना लाइव टैलीकास्ट कर रहे हैं जिले फरीदकोट के कोट सुखीए पिंड का मेरे भीर अज लाइव कहिंदे ने भी सीधा विदेशों के चलता होया है लो अगली कबड्डी फिर मैदान कबड्डी इस समय मेरे भीर धावी की है क्योंकि छोटिया जिंदा गर्मी काफी है ना पर जूझते मेरे भीर देखते खिडारी है कनी ते राम दो नंबर ते गोपी है लो हाथ छड़ के कैंची मारन की कोशिश है राम धूड़कुटी है पर जड़ा यफा नहीं ला सकिया अंक मेरे भीर इस समय रेटर के हिस्से दे विच है कहिंदे वी मेरे भीर सोने दियां मुंदरियां दित्तियां जाणियां उधर साढ़े सत्कारयोग सरदार कुलदीप सिंह जी ढिल्लो साहब सरपंच हुणी नाल समुची ग्राम पंचायत उचेचे तार ते पुजे हुए ने आपां बहुत वड्डा धन्नवाद करदे हां जिया आखदे हां समुची ग्राम पंचायत का बहुत वड्डा उदम लो गीता गीता कोट करोड़िया फैसला करदा होया है अंक अंक जिहड़ा जाफियां दे हिस्से है अंक मेरे वीरियो इस टीम का लो अगली कबड्डी फिर मैदान विच तकांगी नाल मेरी बेनती है कबड्डी 80 किलो दियां टीमां जिवें जिवें असीं मैच अनाउंस कीते आ पहला मैच जिहड़ा होना है चंद प्राणा ते हरी के कला ये टीमां दे खिडारी अपना भार करवा लैणा चंद प्राणा ते हरी के कला मदकी बाबा खुशहाल सिंह जी चड़ैक डरोली भाई ते रोड़ी कपूरा लो पई हुई कबड्डी मैदान दे विच उधर लक भरदा कि लै जा मेरा लक मिण के दिल्ली गया तेले आदि लहंगा लै जा मेरा लक मिण के दिल्ली गया तेले आदि लहंगा अंक मेरे वीरियो धूड़कोट की टीम के हिस्से में जुड़ता होया है लो मैदान दे विच मेरे वीरो तगड़ियां कबड्डियां पैंदियां उधर सरदार सुखदेव सिंह जी फौजी साहब जिन्हां दे वल्लों कहिंदे ने टूरनामेंट दा कह सकदे आं वी 80 किलो दा पहला इनाम दित्ता जाणा है पंजाबी मां बोली तों खुश होके बहुत वड्डा माण भेजदे आ बहुत वड्डा धन्नवाद करदे आ क्योंकि इस तरह दे मेले करवाउणे कल्ले कहरे इंसान दा काम नहीं है बहुत वड्डा सहयोग है मैच जिहड़ा समाप्त है जी नंबरदार जी धूड़कोट की टीम जेतू है चलते मैं जेतू टीम जी है धूड़कोट आओ जी चंद प्राणा ते हरी के कला हुण कहिंदे ने भी पहला नंबरदार ट्रेलर दिखाया गया फिल्म का असली हुण दिखाउणी है 80 किलो के मैच में फिल्म दिखाइया जाणियां है हरी के कला वर्सी चंद प्राणा टीम जल्दी एक बहुत दुख की गल है जिहड़े कनेडा दे विच मैच खेडण गए सीगे प्लेयर आ सीजन दे विच जिहड़ा साडा वीर सी जस्सा चंद प्राणे वाला क्योंकि उहदे काफ़ी चोट आई है परमात्मा मेहर करे जल्दी ठीक हो के मैदानां दे विच आवे कनेडा दे विच हल्की जी चोट आई है जस्से चंद प्राणे वाले दे क्योंकि विक्की हरीके वाला ते नाल काला वैरोके वाला कनेडा दे विच अत कराई जा रहे है उधर असीं धन्नवाद करते हैं जी बाबा कौरदास जी वह भी साढ़े दरम्यान पहुँच रहे हैं स्टेज के उपर असीं धन्नवाद करते हैं जी जिया आखते हैं साड़ी टूरनामेंट कमेटी के वालों हैलो आ जी सेंटर लाइन ते हरी के कला वरसे चंद प्राणा जी दोनों टीम आओ जी जल्दी लै भी नंबरदारा थोड़ा जा सैट हो जाए क्योंकि मैच जेड़े पूरे तगड़े चलने हैं साउंड वाले वीर नूं मेरी बेनती भी थोड़ी जी बेस ला दो बक्सियां दे उपर थोड़ी जी बेस ला दो धन्नवाद होगा क्योंकि थोड़ी इको थोड़ी ज्यादा लग रही है थोड़ी जी बेस ला दो मेरे वीर चंद प्राण ते हरी की कला आओ जी सेंटर लाइन ते नाली मदकी हैलो
ਵੱਧ ਕੀਤੇ ਸੰਤ ਬਾਬਾ ਹੈਲੋ ਹੈਲੋ ਕੋਈ ਗੱਲ ਨਹੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੈੱਟ ਕਰ ਦਿਓ ਕਿਉਂਕਿ ਸਾਊਂਡ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ ਜਿੰਨਾ ਵਧੀਆ ਗਰਾਊਂਡ ਉਸ ਤੋਂ ਵਧੀਆ ਸਾਊਂਡ ਹੈ ਸਾਡੇ ਵੀਰ ਦਾ ਬਹੁਤ ਵੱਡਾ ਧੰਨਵਾਦ ਚੰਦ ਪ੍ਰਾਣਾ ਦੀ ਟੀਮ ਜਿਹੜੀ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਹੈ ਹਰੀ ਕੇ ਕਲਾ ਦੀ ਟੀਮ ਜਲਦੀ ਮੈਦਾਨ ਦੇ ਵਿੱਚ ਆਵੇ ਹਰੀ ਕੇ ਕਲਾ ਕਿਸੇ ਵੀ ਟੀਮ ਦਾ ਲਾਮਾ ਇੰਤਜ਼ਾਰ ਨਹੀਂ ਕੀਤਾ ਜਾਣਾ ਖਿਡਾਰੀ ਵੀਰੋ ਸਾਰੀਆਂ ਟੀਮਾਂ ਸਾਨੂੰ ਇੱਕੋ ਜਿਹੀਆਂ ਕਿਸੇ ਵੀ ਟੀਮ ਦਾ ਕੋਈ ਪੱਖਪਾਤ ਨਹੀਂ ਹੋਣਾ ਚਾਹੇ ਉਹ ਸਾਡੇ ਪਿੰਡ ਦੀ ਟੀਮ ਹੈ ਚਾਹੇ ਉਹ ਬਾਹਰ ਦੀ ਟੀਮ ਹੈ ਹਰੀ ਕੇ ਕਲਾ ਦੀ ਟੀਮ ਜਲਦੀ ਆਵੇ ਚੰਦ ਪ੍ਰਾਣੇ ਦੀ ਟੀਮ ਜਿਹੜੀ ਮੈਦਾਨ ਦੇ ਵਿੱਚ ਪਹੁੰਚੀ ਹੈ ਮੱਧਕੀ ਤੇ ਬਾਬਾ ਖੁਸ਼ਹਾਲ ਸਿੰਘ ਜੀ ਚੜੈਕਾ ਡਰੋਲੀ ਭਾਈ ਤੇ ਰੋੜੀ ਕਪੂਰਾ ਜੀ ਕੋਟ ਸੁਖੀ ਅਤੇ ਕੋਰੇ ਵਾਲਾ ਆਓ ਜੀ ਰੈਫਰੀ ਸਾਹਿਬ ਜੀ ਮਾਰੋ ਜੀ ਵਿਸਲਾ ਦੋਨੋਂ ਟੀਮਾਂ ਦੇ ਪਲੇਅਰ ਆ ਰਹੇ ਨੇ ਕਿਸੇ ਪਲੇਅਰ ਦਾ ਕੜਾ ਜਿਹੜਾ ਮੇਰੇ ਕੋਲ ਰਹਿ ਗਿਆ ਉਹ ਆਪਣਾ ਕੜਾ ਜਿਹੜਾ ਗਰਾਊਂਡ ਦੇ ਵਿੱਚੋਂ ਲੈ ਜਾਵੇ ਕਿਉਂਕਿ ਸਿੰਘ ਦੀ ਨਿਸ਼ਾਨੀ ਹੈ ਮੇਰੇ ਵੀਰੋ ਕੜਾ ਪਾਉਣਾ ਹੈ ਦੋਨੋਂ ਟੀਮਾਂ ਚੰਦ ਪ੍ਰਾਣਾ ਤੇ ਹਰੀ ਕੇ ਕਲਾ ਜਿਵੇਂ ਜਿਵੇਂ ਟੀਮਾਂ ਦੇ ਅਸੀਂ ਮੈਚ ਅਨਾਊਂਸ ਕਰਦੇ ਹਾਂ ਉਹ ਟੀਮਾਂ ਆਪਣਾ ਵਜਨ ਕਰਵਾਉਣ ਜੀ ਮੱਧਕੀ ਤੇ ਬਾਬਾ ਖੁਸ਼ਹਾਲ ਸਿੰਘ ਜੀ ਚੜੈਕਾ ਡਰੋਲੀ ਭਾਈ ਤੇ ਰੋੜੀ ਕਪੂਰਾ ਕੋਟ ਸੁਖੀ ਅਤੇ ਕੋਰੇ ਵਾਲਾ ਸਲੀਨਾ ਤੇ ਘੋਲੀਆ ਕਲਾ ਪੰਜ ਗ੍ਰਹਿ ਕਲਾ ਤੇ ਬੁੱਕਣ ਵਾਲਾ ਕੋਟ ਕਰੋੜ ਤੇ ਮੰਡ ਵਾਲਾ ਜੰਡ ਵਾਲਾ ਤੇ ਸ਼ਕੂਰ ਠੀਕ ਆ ਜੀ ਪ੍ਰਧਾਨ ਸਾਹਿਬ ਜੀ ਜਿਹੜੀ ਟੀਮ ਪਹਿਲਾਂ ਆਊਗੀ ਉਹਦੀ ਪਹਿਲਾਂ ਰੇਟ ਕਰ ਦਈਏ ਜੀ ਠੀਕ ਆ ਜੀ ਜਿਹੜੀ ਟੀਮ ਪਹਿਲਾਂ ਗਰਾਊਂਡ ਵਿੱਚ ਐਂਟਰ ਕਰ ਗਈ ਉਸ ਟੀਮ ਦੀ ਪਹਿਲੀ ਰੇਟ ਹੋਊਗੀ ਇਹ ਟੀਮਾਂ ਦੇ ਖਿਡਾਰੀ ਵੀਰ ਨੋਟ ਕਰਨ ਵੀ ਜਿਹੜੀ ਟੀਮ ਪਹਿਲਾਂ ਗਰਾਊਂਡ ਦੇ ਜਾਊਗੀ ਪਹਿਲੀ ਰੇਟ ਹੋਊਗੀ ਹੈਲੋ ਰੈਫਰੀ ਸਾਹਿਬ ਜੀ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਲਓ ਜੀ ਸਾਡੇ ਬਾਬਾ ਜੀ ਪਹੁੰਚੇ ਨੇ ਕੌਰ ਦਾਸ ਜੀ ਬੇਨਤੀ ਹੈ ਜੀ ਸਮੁੱਚੀ ਪੰਚਾਇਤ ਪਦਵੰਤ ਤੇ ਸੱਜਣ ਪਲੀਜ਼ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਉਣ ਤੇ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਜੀ ਹਾਂਜੀ ਸੰਤ ਬਾਬਾ ਕੌਰ ਦਾਸ ਜੀ ਤੇ ਉਹਨਾਂ ਦੇ ਨਾਲ ਸਾਡੇ ਜਿੰਨੇ ਵੀ ਪਦਵੰਤ ਸੱਜਣ ਹੈ ਸਮੁੱਚੀ ਗ੍ਰਾਮ ਪੰਚਾਇਤ ਹੈ ਸਰਪੰਚ ਸਾਹਿਬ ਨੇ ਉਹ ਕਿਰਪਾ ਕਰਕੇ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਲਈ ਸਾਡੇ ਕਲੱਬ ਦੇ ਮੈਂਬਰ ਸਾਹਿਬ ਉਹ ਵੀ ਪਹੁੰਚ ਜਾਣ ਜੀ ਦੋਨੋਂ ਟੀਮਾਂ ਦੇ ਨਾਲ ਜਿਹੜੀ ਜਾਣ ਪਹਿਚਾਣ ਕੀਤੀ ਜਾਵੇਗੀ ਤੇ ਦੋਨੋਂ ਟੀਮਾਂ ਦੇ ਖਿਡਾਰੀ ਸੈਂਟਰ ਲਾਈਨ ਤੇ ਹੋਣ ਜੀ ਆਓ ਜੀ ਦੋਨੋਂ ਟੀਮਾਂ ਦੇ ਖਿਡਾਰੀ ਆ ਜਾਓ ਭਲਵਾਨ ਆ ਜਾਓ ਮੇਰੇ ਵੀਰ ਸੈਂਟਰ ਲਾਈਨ ਤੇ ਆਓ ਜੀ ਜਲਦੀ ਉਧਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਬਾਬਾ ਕੌਰ ਦਾਸ ਜੀ ਸਰਦਾਰ ਸੁਖਦੇਵ ਸਿੰਘ ਜੀ ਫੌਜੀ ਸਾਹਿਬ ਸਰਦਾਰ ਸਾਡੇ ਸਰਪੰਚ ਸਾਹਿਬ ਜੀ ਢਿੱਲੋਂ ਸਾਹਿਬ ਉਹਨਾਂ ਦੇ ਨਾਲ ਸਾਡੀ ਸਮੁੱਚੀ ਕਲੱਬ ਤੇ ਪਤਵੰਤ ਸੱਜਣ ਉਹ ਟੀਮਾਂ ਦੇ ਨਾਲ ਜਾਣ ਪਹਿਚਾਣ ਕਰ ਰਹੇ ਆ ਇੰਟਰੋਡਕਸ਼ਨ ਕਰ ਰਹੇ ਆ ਹੈਲੋ ਉਸ ਤੋਂ ਬਾਅਦ ਇੱਕ ਯਾਦਗਾਰ ਤਸਵੀਰ ਹੋਵੇਗੀ ਕਰ ਲਈ
हाँ जी आओ जी खिडारी भीर एक फोटो करवाओ जी। खिडारियों नूं बेनती है भी थोड़ा थले बैठ जाना, एक यादगार तस्वीर जिहड़ी होनी है। उधर टीमां दे नाल एक यादगार तस्वीर जिहड़ी कीती जा रही है। उस तो बाद जिहड़ा मैच शुरू होना हरी के गलां ते चंद पुराणा जी टीमां दे नाल जान पहचान तो बाद उधर साढ़े पदवंते सज्जन फिर कुर्सियां ते विराजमान होणगे ते इन्हां मैचां दा जिहड़ा नज़ारा तकणगे। हैलो साउंड वाले वीर नूं बेनती है भी विसल जिहड़ी बंद कर दो मेरे वीर, क्योंकि मैच बहुत तकड़े लगने हैं ते विसलां जिहड़ियां बंद कर दो वीर बनके। हेलो ठीक है जी, मैं दर्शकों को एक जानकारी देना चाहना है भी कल रात एक चोर फड़िया गया मेले के उपर, क्योंकि चोरी करता सीगा, क्योंकि जो चोर नूं चोरी करदे नूं फड़ लीए तां आपां छड़ दईए तां माड़ी गल है, क्योंकि समा पै जांदा बंदा फड़िया जांदा। वह बंदा जिहड़ा फड़िया गया साढ़े सरपंच साहब दे कोल है, जेकर पंजाब पुलिस के मुलाजम पहुंचे है तो उन्होंने राबता जरा सांभा साझा कर लैना, जेकर साढ़े पंजाब पुलिस के मुलाजम पहुंचे तो उन्होंने राबता साझा करेंगे। लो दर्शक भीर जुड़िए खेड मैदान के नाल चंद पुराणे की टीम जी है, वो टीम मेरे भीर इधर बाबा जी की जगह वाली टीम है चंद पुराणा, तो हरी के घर की टीम जी है खेतों वाली सैड है। लो चंद पुराणा पिंड मेरे वीर कहते हैं भी जस्से का पिंड है, लो जीवन का पिंड है, लो भाई हो कबड्डी खेड़ मैदान भरमे जूसे वाला, लो विक्की का पेंडू खिडारी इस समय मैदान कबड्डी मेरे वीरो कबड्डी का जज्बा रमना यूएस में बैठा साडा यार मेरे वीरो हैप्पी सोनी स्वीडन गोरा इटली अनदीप सिंह भराड़ वर्गे मेरे वीरो सुखदेव सिंह जी फौजी हुणा दा जिन्हां दा बहुत वड्डा सहयोग है। उधर मेरे वीरो कहिंदे ने भी विदेशां दे विच बैठे इन्हां मैचां दा नज़ारा जिहड़ा तक रहे है। लो भाई हुई कबड्डी इस धावी दी है मेरे वीरो, दोनों खिडारियों दा लगदा होया जोर इस समय मैदान दे विच। असी जिहड़े साडे दर्शक वीर ने इलाके तो पहुंचे साडे तो असीं उन्हां दा धन्नवाद भी करदे हां, पर अपने वीकलां दा भी तुसीं ख्याल रखना है, क्योंकि मेले अज तो पिछे नजर मारीए तां काफ़ी चंगे हुंदे सीगे, पर हुण भी समा ठीक है पर समा काफ़ी माड़ा भी कह सकते हैं, क्योंकि समा काफ़ी माड़ा अपने वीकलां दा भी ध्यान रखना है। लाओ गिट्टे कैच करन दी कोशिश है अंक धावी दा उड़दी हुई मां मिट्टी दी तूड़, एक बार संत बाबा मोहन नाते खुल के ताड़ी मार दो यार अज इस धरती ते रौनक मेरे वीरो, मैं खेड कबड्डी का गुलाब खेड़िया होया इस धरती से। लो भाई हुई कबड्डी कुंगराले वाल धावी दे दोनों खिडारियों जोर, लो जस्सा जस्सा चंद पुराणा चंद पुराणा, पर अंक मेरे वीर रेडर का अंक धावी का, धावी कहता ले आऊ खिंच के जाफी कहता मेरे वीर इधर लियावांगा। लो गोल जिहा दर तो हंडे विच दिसदे कि चढ़ जांदा चा जदो खिडारी विच दिसदे कि चढ़ जांदा चा जदो खिडारी विच दिसदे कि खेडणी कबड्डी यारो खेडणी कबड्डी है। लो गोल जिहा शरीर है आ धावी का, उधर चौं जाफियां दे विचों किसने मेरे वीरो डांज मारनी है, आ धावी नूं मोटे पट तो खिच मारन की कोशिश की है, दोनों खिडारियां जोर है कबड्डी बल्ले बल्ले अंक अंक धावी का अंक मेरे वीरो, इस समय रेडर का लखे हुणी मेरे वीरो डैम्पी हुरी प्रदीप हुणी 365 मेरे वीरो लाइव कर रहे हैं अज इस धरती से एंड होने वाली गल है। लो सामने पई हुई कबड्डी धावी दी है, उधर देखांगे भी चौं जाफियां दे विचों
ਕਿਸਾ ਜਾਂ ਫਿਰ ਟਰਾਈ ਕਰਨੀ ਹੈ ਮੇਰੇ ਵੀਰੋ ਪਈ ਹੋਈ ਕਬੱਡੀ ਹੈ ਲਓ ਦੋ ਨੰਬਰ ਦਾ ਕਹਿੰਦੇ ਨੇ ਵੀ ਧੰਦਾ ਮਾੜਾ ਦੋ ਨੰਬਰ ਦਾ ਬੰਦਾ ਮਾੜਾ ਲਓ ਦੋ ਨੰਬਰ ਤੋਂ ਮੇਰੇ ਵੀਰੋ ਮੋਟੇ ਪੱਟ ਤੋਂ ਖਿੱਚ ਮਾਰੀ ਹੈ ਜਾਫੀ ਨੇ ਪੂਰਾ ਤਕੜਾ ਜਫਾ ਲੱਗਣ ਦੀ ਕੋਸ਼ਿਸ਼ ਹੈ ਕਬੱਡੀ 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 ਬੱਲੇ ਬੱਲੇ ਖਤਰੇ ਦਾ ਘੁੱਗੂ ਬੋਲ ਗਿਆ ਆ ਖਤਰੇ ਦਾ ਘੁੱਗੂ ਮੇਰੇ ਵੀਰੋ ਸੁਖਮੰਦਰ ਸਿੰਘ ਜੀ ਫਿੱਟੇ ਕਲਾਂ ਵਾਲੇ ਜਿਨ੍ਹਾਂ ਦਾ ਰੂਟਰ ਮੇਰੇ ਵੀਰੋ 30 ਸਕਿੰਟਾਂ ਤੇ ਵੱਜਦਾ ਹੈ ਕਿ ਖਤਰੇ ਦਾ ਘੁੱਗੂ ਬੋਲ ਗਿਆ ਨਾਲ ਮੇਰੀ ਬੇਨਤੀ ਹੈ ਮਦਕੀ ਬਾਬਾ ਖੁਸ਼ਹਾਲ ਸਿੰਘ ਜੀ ਚੜੈਕ ਤੇ ਡੋਲੀ ਭਾਈ ਕੋਟਕਪੂਰਾ ਜੀ ਮਦਕੀ ਬਾਬਾ ਖੁਸ਼ਹਾਲ ਸਿੰਘ ਜੀ ਚੜੈਕ ਡੋਲੀ ਭਾਈ ਤੇ ਰੋੜੀ ਕਪੂਰਾ ਇਹ ਟੀਮਾਂ ਵੀ ਜਲਦੀ ਨਾਲ ਤਿਆਰੀ ਫੜ ਲੈਣਾ ਲਓ ਪਾਈ ਹੋਈ ਕਬੱਡੀ ਮੇਰੇ ਵੀਰ ਇਸ ਧਾਵੀ ਦੀ ਹੈ ਉਧਰ ਦੇਖਾਂਗੇ ਵੀ ਚਾਂ ਜਾਫੀ ਹੈ ਕੰਨੀ ਵਾਲੀ ਜਾਫੀ ਨੇ ਵਿੱਕੀ ਹਰੀ ਕੇ ਕਲਾਂ ਵਾਲੀ ਦਾ ਪੇਂਡੂ ਖਿਡਾਰੀ ਵਿੱਕੀ ਦਾ ਪੇਂਡੂ ਖਿਡਾਰੀ ਕਹਿੰਦੇ ਨੇ ਵਿੱਕੀ ਕੈਨੇਡਾ ਦੇ ਵਿੱਚ ਕਰਾਉਂਦਾ ਹੈ ਲਓ ਆਜੂ ਮੇਰੇ ਵੀਰਿਓ ਕਬੱਡੀ 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 ਕੇ ਬਣਿਆ ਰੇ ਪਿਆਰ ਰੱਬਾ ਲੱਖਾਂ ਤੇ ਪ੍ਰਦੀਪ ਦੋਨੇ ਭਾਈਆਂ ਦਾ ਕਿ ਬਣਿਆ ਰੇ ਰੱਬਾ ਪਿਆਰ ਲੱਖਾਂ ਤੇ ਪ੍ਰਦੀਪ ਦੋਨੇ ਭਾਈਆਂ ਦਾ ਕਿ ਕਬੱਡੀ 365 ਰਨ ਤੇ ਚੱਲਦੇ ਮੈਚਾਂ ਨੂੰ ਕਿ ਰੀਝਾ ਲਾਲਾ ਵੇਂਦਾ ਰੇ ਸੰਸਾਰ ਕਬੱਡੀ ਨੂੰ ਲਓ ਮੈਦਾਨ ਦੇ ਵਿੱਚ 21 ਦੀ 31 ਵਾਲੀ ਗੱਲ ਹੈ ਕਬੱਡੀ ਮਹਾਨ ਮਹਾਨ ਮੰਨੀ ਜਾਣ ਵਾਲੀ ਚੀਜ਼ ਹੈ ਇੱਕ ਵਾਰ ਤਾੜੀ ਮਾਰੋ ਯਾਰ ਦਰਸ਼ਕ ਵੀਰਿਓ ਕਿਉਂਕਿ ਹਾਲੇ ਤਾਂ ਸ਼ੁਰੂਆਤਾਂ ਨੇ ਯਾਰੋ ਰੱਬ ਦੇ ਬਖਸ਼ੇ ਕਾਜ ਦੀਆਂ ਕਿ ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਕਿਉਂਕਿ ਹਜੇ ਸ਼ੁਰੂਆਤ ਹੈ ਮੈਚਾਂ ਦੀ ਜਦੋਂ ਫਾਈਨਲ ਹੋਣਾ ਉਦੋਂ ਗੱਲ ਕੁਝ ਹੋਰ ਹੋਵੇਗੀ ਮੇਰੇ ਵੀਰਿਓ ਮਦਕੀ ਬਾਬਾ ਖੁਸ਼ਹਾਲ ਸਿੰਘ ਜੀ ਚੜੈਕ ਆਹਾ ਸਭ ਨੂੰ ਫਿਕਰ ਹੈ ਕਿ ਨਾ ਧੁੱਪ ਰਹਿਣੀ ਨਾ ਮਾਂ ਬੰਦਾ ਨਾ ਪਿਓ ਰਹਿਣਾ ਨਾ ਮਾਂ ਬੰਦੇ ਆ ਆਖਰ ਸਭ ਨੇ ਮੁੱਕ ਜਾਣਾ ਨਾ ਧੁੱਪ ਰਹਿਣੀ ਨਾ ਛਾਂ ਬੰਦੇ ਆ ਤੇ ਨਾ ਪਿਓ ਰਹਿਣਾ ਨਾ ਮਾਂ ਬੰਦੇ ਆ ਉਧਰ ਜ਼ਿੰਦਗੀ ਦਾ ਸਤਿਕਾਰਯੋਗ ਵੀਰ ਕਬੱਡੀ ਦਾ ਮਹਾਨ ਬੁਲਾਰਾ ਵਿੰਦਰ ਮਿਸ਼ਰੀ ਵਾਲਾ ਉਹ ਵੀ ਚੇਚੇ ਤੌਰ ਤੇ ਸ਼ਿਰਕਤ ਕਰ ਰਹੇ ਆ ਗਰਾਊਂਡਾਂ ਦੇ ਵਿੱਚ ਧੰਨਵਾਦ ਕਰਾਂਗੇ ਸਾਡਾ ਵੀਰ ਅਮਰੀਕ ਖੋਸਾ ਕੋਟਲਾ ਜਿਨ੍ਹਾਂ ਦੀ ਬੁਲੰਦ ਆਵਾਜ਼ ਹੈ ਉਹ ਵੀ ਪਹੁੰਚਣਾ ਹੈ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਰਹਾਂਗੇ ਮਦਕੀ ਤੇ ਬਾਬਾ ਖੁਸ਼ਹਾਲ ਸਿੰਘ ਜੀ ਚੜੈਕ ਹੈਲੋ ਹਾਂਜੀ ਨੰਬਰਦਾਰ ਜੀ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਜੀ ਜੇਤੂ ਟੀਮ ਦੇ ਬਾਰੇ ਦੱਸੋ ਜੀ ਪਲੀਜ਼ ਚੰਦ ਪ੍ਰਾਣਾ ਦੀ ਟੀਮ ਜੇਤੂ ਰਹੀ ਵੀਰ ਜੀ ਨੋਟ ਕਰ ਲਓ ਚੰਦ ਪ੍ਰਾਣਾ ਦੀ ਟੀਮ ਜਿਹੜੀ ਜੇਤੂ ਰਹੀ ਆ ਮੋਦਕੀ ਵਰਸ ਜੇ ਬਾਬਾ ਖੁਸ਼ਹਾਲ ਕਲੱਬ ਚੜੈਕ ਬੜਾ ਵਧੀਆ ਤੇ ਬੜਾ ਰੌਚਕ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਮੋਦਕੀ ਵਰਸ ਜੋ ਬਾਬਾ ਖੁਸ਼ਹਾਲ ਕਲੱਬ ਚੜੈਕ ਬੜੀ ਭਾਗਾਂ ਵਾਲੀ ਧਰਤੀ ਕਰਮਾਂ ਵਾਲੀ ਧਰਤੀ ਪਿੰਡ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਦਾ ਕੋਗਵਾਸਤਾ ਨਗਰ ਜਿੱਥੇ ਅੱਜ ਸੰਤ ਬਾਬਾ ਮੋਹਨ ਦਾਸ ਜੀ ਮਹਾਨ ਤਪਸਵੀ ਸਾਡੇ ਮਹਾਂਪੁਰਸ਼ ਗਊਸ਼ਾਲਾ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ 11ਵਾਂ ਸੰਤ ਬਾਬਾ ਮੋਹਨ ਦਾਸ ਜੀ ਯਾਦਗਾਰੀ ਖੇਡ ਮੇਲਾ ਕਰਵਾਇਆ ਜਾ ਰਿਹਾ ਕੱਲ੍ਹ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਖੁੱਲ੍ਹੇ ਖਾੜਿਆਂ ਦਾ ਆਨੰਦ ਮਾਣਿਆ ਔਰ ਅੱਜ ਕਬੱਡੀ 80 ਕਿਲੋ ਦੇ ਮੁਕਾਬਲੇ ਤੁਹਾਡੀ ਨਜ਼ਰ ਤੁਹਾਡੇ ਰੂਹ ਰੂਹ ਬਿਗਲ ਵੱਜਿਆ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਪੁੱਤ ਦਲੇਰ ਮੀਆਂ ਨਿਕਲੇ ਪੁੱਤ ਸਰਦਾਰਾਂ ਦੇ ਸ਼ੈਲ ਬਣ ਕੇ ਜਿਉਂ ਵਿਹਲਿਓ ਨਿਕਲਦੇ ਸ਼ੇਰ ਮੀਆਂ ਸ਼ੀਰਾਂ ਵਰਗੇ ਖਿਡਾਰੀ ਸੋਹਣੇ ਗੁੰਦੇ ਹੋਏ ਸਰੀਰ ਲਾਡਾ ਤੇ ਚਾਵਾਂ ਦੇ ਨਾਲ ਪਾਲੇ ਹੋਏ ਮਾਪਿਆਂ ਦੇ ਨਾਲ ਲਾੜਲੇ ਪੁੱਤਾਂ ਦੀ ਕਬੱਡੀ ਦੀ ਗੱਲ ਪੰਜਾਬ ਦੀ ਜ਼ਿਲ੍ਹਾ ਫਰੀਦਕੋਟ ਦੀ ਪਾਵਨ ਪਵਿੱਤਰ ਧਰਤੀ ਪਿੰਡ ਕੋਟ ਸੁਖੀਆ ਕਹਿੰਦੇ ਖਿਡਾਰੀਆਂ ਦਾ ਪਿੰਡ ਆ ਕਬੱਡੀ ਦੇ ਸਟਾਰ ਇਸ ਧਰਤੀ ਨੇ ਪੈਦਾ ਕੀਤੇ ਨੇ ਸਮੇਂ ਸਮੇਂ ਸਿਰ ਚੋਟੀ ਦੇ ਖਿਡਾਰੀ ਜਿਹੜੇ ਮਾਂ ਖੇਡ ਕਬੱਡੀ ਨੂੰ ਦਿੱਤੇ ਇਸ ਨਗਰ ਨੇ ਸਾਰੇ ਖਿਡਾਰੀ ਨੂੰ ਦੱਸਣਾ ਚਾਹੁੰਦੇ ਆ ਸੈਂਟ ਪਿੱਛੇ ਬਾਜੀ ਜਿਹੜੀ ਲੈਣ ਲੈਂਕ ਸਿਸਟਮ ਆ ਜੀ ਸੈਂਟਰ ਲੈਂਡ ਫਾਸਟ ਆਊਟ ਆ ਇਹ ਸਾਰੇ ਖਿਡਾਰੀ ਸਾਰੀਆਂ ਟੀਮਾਂ ਧਿਆਨ ਦੇਣ
खिडारियों ने बेनती है जी कोई भी खिडारी चिकनाई वाली कोई चीज ला के ग्राउंड दे विच ना आवे, लो आप सारे जुड़िए खेड मैदान दे नाल। मोदकी दी टीम इधर टुड्डी वाले पासे मेरे वीरो और बाबा खेशाल कलाब चरैक की टीम स्कूल दी बेल्डिंग वाले पासे दर्शक वीरो चढ़दे वाली साइड चरैक और मोदकी दी टीम इधर टुड्डी वाली साइड खेडेगी। लो पहली रेड आओ जी कबड्डी दे नाल। गगन चिरैक वाला कबड्डी पाउंदा होया, लाओ गगन दी कबड्डी चिरैक पिंड मेरे वीर खिडारी दा। लाओ दूजे पासे नौजवान इस वेले गुट फड़िया लगी हुई कैंची, बहुत ही शानदार जफा ए बिल्ला मोदकी वाला। इस वेले ला तकड़ा जफा बिल्ला मोदकी वाला पॉइंट इस वेले मोदकी दी टीम दे से जोड़दा होया, नंबर जाफियां दे से जोड़दा होया आ खिडारी मेरे वीर। छोटी उम्र वड्डियां पटन वाला, लाओ बब्बू मोदकी वाला कबड्डी पाउंदा होया। टल्लेवाल दी धरती ते मोटरसाइकिल जिते इस खिडारी ने बेस्ट रेडर चुनिया गया, टल्लेवाल जिला बरनाला दा मशहूर पिंड मेरे वीरियो। लाओ बब्बू मोदकी वाला इस वेले पॉइंट अपनी टीम दे से जोड़दा होया, नंबर रेडर दे से जोड़दा होया। डोली भाई वर्ष जरोड़ी कपूरा ये टीमां भी जिहड़ियां तैयार बार तैयार हैं। डोली भाई वर्ष जरोड़ी कपूरा समुची ग्राम पंचायत पिंड कोट सुगिया साडा सत्कारयोग वीर भाई कुलदीप सिंह जी, सरदार कुलदीप सिंह जी सरपंच और सारी पंचायत का ग्राम पंचायत का धन्यवाद करते। समूह नगर निवासी पिंड कोट सुखिया साढ़े एन आर ए वीर जिन्हों के संयोग के नाल खेडां करवाइया जा रही, अज शानदार कबड्डी कप प्रवासी भरावां दे वड्डे संयोग के नाल सारे नगर के संयोग के नाल करवाया जा रहा। बच्चा वधाई का पात्र आओ इधर हरगन सलियाणी वाला कबड्डी पाउंदा होया खेड मैदान दे विच, हरगन सलियाणी पिंड दा कबड्डी पाउंदा होया। उधर चार जाफी चट्टान वर्गे मेरे वीरो खेशाल क्लब विच रह के दे चारां जाफियां दी कमदी हुई चैन। लो हरगन सलियाणी वाला इस वेले रेड पा के पॉइंट अपने हिस्से जोड़दा होया। स्टार उधर घोड़ा दोदे वाला, इधर रेंपा हराजा बराड कोट सुखे वाला, वख वख खिडारियों के नाल लस होईयां टीमां जिस मैदान दे विच खेडणगियां। लो अगली कबड्डी फिर चरैक दे वलों पई हुई रेड खेड मैदान दे विच। सारी सत्कारयोग साडी समुची टूरनामेंट कमेटी भाई अंग्रेज सिंह जी कमेटी प्रधान, इंद्रजीत सिंह जी क्लब प्रधान, राजू संघा साडा वीर वैस प्रधान, क्लब मैंबर भाई लखा बराड़ जी, गुरपिंदर चीमा, सीरा गिल कबड्डी कोच साढ़े वीर का सारिया का धन्यवाद करते हैं। निम्मा बाई बिट्टू कबड्डी खिडारी, रांझा बराड़, अमना ढिलो साडा वीर क्लब मैंबर, सारिया के बहुत बहुत धन्यवादी हाँ। सारे वीर के संयोग के नाल साडी समूह क्लब संत बाबा मोहनदास जी क्लब और समुची ग्राम पंचायत से सारा नगर पिंड कोट सुखिया रल मिल के मेरे वीरियो अज अगस्त का शुभ दिहाड़ा सरकारी हाई स्कूल पिंड कोट सुखिया दिया इन्हां खेड मैदान दे विच कबड्डी के मुकाबले करवाए जा रहे हैं। लो चरैक का नौजवान इस वेले रेड पाउंदा होया। लो लखे की कबड्डी मेरे वीरियो, उधर कहिंदे जाफी का जग्गा ना मेरे वीरियो। लो जग्गा मोदकी वाला इस वेले बहुत ही शानदार जफा लाउंदा होया पॉइंट जाफियां दे से जड़दा होया। उधर कबड्डी का स्टार गुरजीत नौजवान सलीने वाला भी पहुंच चुका है, खिडारी गुरजीत सलीना कबड्डी का मचदा गया। लो सतनाम मोदकी वाला कबड्डी पाउंदा होया, सतनाम की कबड्डी चार जाफी च रख दे चारा जाफियां की कीती हुई ब्यौंतबंदी। लो जी दर दे नाल पाई हुई रेड सतनाम मोदकी वाला। लो जी पॉइंट जिहड़ा इस वेले चरैक की टीम दे से जुड़दा होया। इस वेले नीपा चरैक का ला तकड़ा जफा एक नंबर होर चरैक की टीम के वास्ते जुड़ता होया। खेड खेडा विचों वड्डी जी नूं आख दे खेडी जांदी आ ला के पूरा तान मित्रों, कौडी भंगड़ा पंजाबियों की शान मित्रों, कौडी भंगड़ा पंजाबियों की शान मित्रों। लो गोल्डी चिड़क वाला कबड्डी पाउंदा होया, गोल्डी नाम इस खिडारी का मेरे वीरो, एक गोल्डी झनीर वाला, एक गोल्डी कोमकलों की धरती ने पैदा किया कबड्डी का बड़ा तकड़ा जाफी होया गोल्डी कोमकला। लो इस वेले गोल्डी चिड़क वाला पॉइंट बाबा खेशाल क्लब चिड़क की टीम के हिस्से जोड़ता होया। लो अगली कबड्डी हरगन सलिहाणी पिंड किले जिला फिरोजपुर का पिंड इस खिडारी का मेरे वीरो, सरहदी जिला फिरोजपुर की धरती हरगन सलिहाणी दा इस वेले कबड्डी पाउंदा होया पॉइंट रेडर दे से जुड़दा होया, नंबर मोदकी की टीम दे से जुड़दा होया। अगली कबड्डी लखा, लो चरैक का लखा इस वेले कबड्डी पाउंदा होया। कदे लखे गाजीपुर के नां का सिक्का चलिया मेरे वीरो,
जिस तरह अजकल कनेडा दे विच नन्नी गपालपुरिया दे नां दा मेरे वीर सिक्का चलदा, नन्नी गपालपुरिया दुनिया भर का मशहूर कबड्डी खिडारी लो इधर लखा च रकदा पा कबड्डी एक नंबर होर अपनी टीम दे वास्ते जोड़दा होया। अज बाबा संत बाबा जी यादगारी खेड मेला बड़ी श्रद्धा दे नाल बड़ी धूमधाम दे नाल मनाया जा रहा। महान तपस्वी मोशे का शब्द आड़ा मेरे वीरो साडे गौशाला वाले महापुरश संत बाबा मोहनदास जी उन्हां दी याद नूं अज ताजा किया जा रहा। महान तपस्वी महापुरश जिन्हां दी याद च यह जोड़ मेला मेरे वीर आपां मना रहे हां। लो जी इसे नाल ही मुकाबला जिहड़ा समाप्त हो चुका जी। अगला मैच डरोली भाई वर्सज रोड़ी कपूरा, जल्दी ना जी दोनों टीम सेंटर लैन के उत्ते आएंगे। रोड़ी कपूरा वर्सज डरोली भाई चलते मैच के विचों दशगिरों मोदकी की टीम जीतू रही है। पिछले मैच के दर्शकों नोट करो मोदकी की टीम जीतू रही है जी। अगला मैच डरोली भाई वर्सज रोड़ी कपूरा खेडा पिंड पहली वाले दियां जिहड़ियां 7 ते 8 सितंबर को करवाईया जा रही 22 ते 23 भादो देसी महीना मेरे वीरियो खेडा पिंड पहली वाले दियां जिथे 7 तरीक न कबड्डी 62 किलो 8 सितंबर को कबड्डी ओपन के मैच करवाए जाएंगे। इधर रजिंदर हैंडीकैप्ट साडा वीर पहुंचा भी अपनी खेड का प्रदर्शन करेगा। रजिंदर हैंडीकैप्ट साडा वीर पोलियो का शिकार वो भी अपनी खेड का प्रदर्शन करेगा। कोट सुखिया वर्सज गोरेवाला दोनों टीम वेट करवा के ग्राउंडा के वल पहुंचन। सलीना वर्सज घोलिया कला, पंजग्राही कला वर्सज बुकण वाला, कोट करोड़ का मैच मंडवाली दे नाल खेडा जाना, जंडवाला वर्सज शकूर, सारिया टीम जिहड़ियां अपनियां तैयारियों के रहन। कोट करोड़ वर्सज मंडवाला, जंडवाला वर्सज शकूर। रोड़ी कपूरे की टीम को 1 मिनट का समा दिता जाता जी। रोड़ी कपूरा की टीम सानू की वधिया रिस्पोंस नहीं दे रही। रोड़ी कपूरे का सिरे भाई वजन हो गया बिट्टू, रोड़ी कपूरे का वेट हो गया जी। रोड़ी कपूरे की टीम ने अपना भार नहीं कराया, जिथे भी साड़ी वास आउंदे जल्दी ना जाके अपना वेट करवा लो। 1 मिनट तो बाद टीम जी स्क्रैच कर दी जाएगी। खिडारी कोई वधिया रिस्पोंस नहीं दे रहे। कोट सुखिया पिंड की मेजबान टीम का मुकाबला कोरेवाल के नाल खेडा जाना, दोनों टीम वार्म अप। सलीना वर्सज घोलिया कला, पंजग्राही कला वर्सज बुकण वाला। इधर सौंड वाले वीर का बहुत बहुत धन्यवाद करते, बड़ी मिठी ते बड़ी प्यारी आवाज साडे वीर ने इस खेड मैदान नूं दित्ती आ। उधर टेंट वाले वीर का धन्यवाद आ। लागे भर दियां समुचियां ग्राम पंचायतां जिन्हें भी नगरां दे सरपंच और पंच साहिबान आए ने सारयां नूं जी आया। जिन्हें भी क्लबा पहुंचिया दायरे से बैठे वर्ग बच्चे नौजवान सारे दर्शकों का बहुत बहुत धन्यवाद किया जाता जी आया समुची ग्राम पंचायत और नगर के वालों। रोड़ी कपूरा की टीम भाई जल्दी पहुंचो जी, रोड़ी कपूरा सक्रैच जी। लो जी इस मैच के डरोली भाई की टीम जीत रही है जी। डरोली भाई भाई नोट कर लियो, कोट सुखिया वर्सज कोरेवाला। अज कहिंदे बैटरेडर ते जाफियां नूं सोने दियां मुंदियां मेरे वीरे पाईआं जाणियां। आओ जी कोरेवाला वर्सज कोट सुखिया, जल्दी ना दोनों टीम ग्राउंड के वल पहुंच।